ਈਦ ਤੋਂ ਪਹਿਲਾਂ ਵੱਡਾ ਹਾਦਸਾ ਹੋਇਆ ਹੈ ਮਿੱਟੀ ਦੇ ਵਿੱਚ। ਮੁਸਲਿਮ ਪਰਿਵਾਰ ਦਬ ਗਏ ਨੇ, ਦੋ ਦੀ ਮੌਤ ਹੋ ਗਈ ਹੈ। ਤਾਂ ਰਮਜ਼ਾਨ ਮੌਕੇ ਚਿਕਣੀ ਮਿੱਟੀ ਲੈਣ ਗਏ ਸੀ ਪਰਿਵਾਰ। ਇੱਕ ਚਿਕਣੀ ਮਿੱਟੀ ਦੇ ਢੇਰ ਤੋਂ ਢੇਰ ਢਹਿ ਹੋ ਜਾਂਦਾ ਹੈ ਤੇ ਇਸ ਦੇ ਵਿੱਚ 8 ਲੋਕ ਦੱਬ ਜਾਂਦੇ ਨੇ, ਜਿਸ ਕਰਕੇ ਜਿਨ੍ਹਾਂ ਦੇ ਵਿੱਚੋਂ 2 ਦੀ ਮੌਤ ਹੋ ਜਾਂਦੀ ਹੈ ਤੇ 6 ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਦਰਅਸਲ ਮਿੱਟੀ ਦੇ ਵਿੱਚ ਦੱਬੇ ਹੋਏ ਲੋਕਾਂ ਦੇ ਵਿੱਚ ਕੁਝ ਬੱਚੇ ਵੀ ਸ਼ਾਮਲ ਨੇ, ਕੁਝ ਔਰਤਾਂ ਵੀ ਸ਼ਾਮਲ ਨੇ। ਦਰਅਸਲ ਇਹ ਮਾਮਲਾ ਯਮੁਨਾਨਗਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਵੱਡਾ ਹਾਦਸਾ ਹੋਇਆ ਹੈ। ਦੱਸ ਦਈਏ ਕਿ 2 ਲੋਕਾਂ ਦੀ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ। ਤਾਂ ਦੱਸ ਦਈਏ ਕਿ ਰਮਜ਼ਾਨ ਦੇ ਮੌਕੇ ਤੇ ਆਪੋ ਆਪਣੇ ਘਰਾਂ ਨੂੰ ਚਿਕਣੀ ਮਿੱਟੀ ਦੇ ਨਾਲ ਲੇਪ ਕਰਨ ਦਾ ਮੁਸਲਮਾਨਾਂ ਦੇ ਵਿੱਚ ਰਿਵਾਜ਼ ਹੁੰਦਾ ਹੈ। ਤਾਂ ਪਿੰਡਾਂ ਦੇ ਜਿਹੜੇ ਮੁਸਲਮਾਨ ਵੀਰ ਨੇ ਉਹ ਪਿੰਡ ਨੇੜੇ ਮੌਜੂਦ ਇੱਕ ਮਿੱਟੀ ਦੇ ਢੇਰ ਕੋਲ ਗਏ ਜਿੱਥੇ ਚਿਕਣੀ ਮਿੱਟੀ ਪਾਈ ਜਾਂਦੀ ਹੈ। ਚਿਕਣੀ ਮਿੱਟੀ ਖੋਦ ਹੀ ਰਹੇ ਸੀ ਕਿ ਢਹਿ ਢੇਰੀ ਹੋ ਗਈ। ਚਿਕਣੀ ਮਿੱਟੀ ਦੇ ਵਿੱਚ 8 ਤੋਂ 9 ਲੋਕ ਦੱਬ ਗਏ, ਜਿਸ ਕਰਕੇ 2 ਲੋਕਾਂ ਦੀ ਮੌਤ ਹੋ ਗਈ ਹੈ ਤੇ ਬਾਕੀਆਂ ਦਾ ਜਿਹੜਾ ਇਲਾਜ ਹੈ ਉਹ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਹੈ। ਤਾਂ ਤੁਹਾਨੂੰ ਦੱਸ ਦਈਏ ਮ੍ਰਿਤਕਾਂ ਦੀ ਪਹਿਚਾਣ ਦੀ ਗੱਲ ਕਰੀਏ ਤਾਂ 52 ਸਾਲਾਂ ਦੀ ਸਤਾਰਾ ਅਤੇ 28 ਸਾਲਾਂ ਦੀ ਨਸਰੀਨਾ ਦੋਹਾਂ ਦੀ ਮੌਤ ਹੋ ਗਈ ਹੈ ਤੇ ਜਿਹੜੇ ਜ਼ਖਮੀ ਨੇ ਉਹਨਾਂ ਦੇ ਵਿੱਚੋਂ 14 ਸਾਲ ਦਾ ਪਰਵੇਜ਼, 35 ਸਾਲ ਦੀ ਅਫਸਾਨਾ, 32 ਸਾਲ ਦਾ ਮਨਜੂਰ ਹਸਨ, 29 ਸਾਲਾਂ ਦੀ ਮਨਜੂਰ ਹਸਨ ਦੀ ਪਤਨੀ ਸਲਮਾ ਅਤੇ ਉਸਦੀ ਛੋਟੀ ਭੈਣ ਜਿਹੜਾ ਜਿਸਦੀ ਉਮਰ 17 ਦੱਸੀ ਜਾ ਰਹੀ ਹੈ ਤੇ ਉਸਦਾ ਨਾਮ ਮੁਸਕਾਨ ਹੈ। ਢੇਰੀ ਕੇ ਉੱਪਰ ਮਿੱਟੀ ਲੈਣੇ ਗਏ ਥੇ ਘਰ ਸੇ ਔਰ ਵਹਾਂ ਪੇ ਡਾਂਗ ਬੈਠ ਗਈ, ਮਿੱਟੀ ਨਿਕਾਲ ਰਹੇ ਥੇ ਜੈਸੇ ਖੋਦ ਰਹੇ ਥੇ, ਤੋ ਯੇ 8 ਥੇ, ਉਸਮੇ 2 ਬੱਚੇ ਥੇ ਔਰ 5 ਲੇਡੀਜ਼ 1 ਜੈਂਟਸ ਥਾ, 2 ਕੀ ਡੈਥ ਹੋ ਗਈ, 6 ਗਾਇਲ ਹੈ। ਤੋ ਯੇ ਮਿੱਟੀ ਲੈਣੇ ਗਏ ਥੇ? ਹਾਂਜੀ ਹਾਂਜੀ, ਮਿੱਟੀ ਲੈਣੇ ਗਏ ਥੇ। 2 ਕੀ ਡੈਥ ਹੋ ਚੁੱਕੀ ਹੈ? ਹਾਂਜੀ, 2 ਲੇਡੀਜ਼ ਕੀ ਡੈਥ ਹੋ ਗਈ। ਰਤੋਲੀ ਗਾਂਵ ਪੜਤਾ ਸਡੋਰਾ ਥਾਣਾ ਕੇਂਦਰ, ਤੋ ਯਹਾਂ ਪੇ ਆਜ ਇਨਫੋਰਮੇਸ਼ਨ ਆਈ ਥੀ ਕਿ ਆਪਣਾ ਮਿੱਟੀ ਕਾ ਤੁਰੰਦਾ ਗਿਰਨੇ ਸੇ 8 ਲੋਕ ਉਸਮੇ ਦਬ ਗਏ, ਜਿਸਮੇ ਸੇ 2 ਆਦਮੀ ਕੇ 2 ਲੇਡੀਜ਼ ਕੀ ਡੈਥ ਹੋ ਗਈ ਹੈ ਔਰ ਬਾਕੀ 6 ਇਸਕੇ ਇਲਾਵਾ ਇੱਕ ਜਣਾ ਜਿਨਕੋ ਯਹਾਂ ਸੇ ਰੈਫਰ ਕਰ ਦਿਆ ਗਿਆ ਸਡੋਰਾ ਸੇ। ਸਰ ਹਾਦਸਾ ਹੁਆ ਕੈਸੇ ਤਾਂ, ਕਿਆ ਖੁਦਾਈ ਕਰ ਰਹੇ ਥੇ ਜਾਂ ਕਿਆ ਥਾ, ਕਿਆ ਮਾਮਲਾ ਕਿਆ ਥਾ, ਕਿਸ ਚੀਜ਼ ਕੀ ਖੁਦਾਈ ਦੀ ਹੈ? ਇਹ ਕਿ ਬਤਾਇਆ ਜਾ ਰਿਹਾ ਜੋ ਈਦ ਕਾ ਤਿਉਹਾਰ ਚੱਲ ਰਿਹਾ ਹੈ ਜੈਸੇ ਤੋ ਆਪਣੇ ਘਰੋਂ ਵੀ ਸਾਫ਼ ਸਫਾਈ ਕੇ ਲੀਏ ਲਿਪਾਈ ਪੁਤਾਈ ਕੇ ਲੀਏ ਵਾਸ ਮਿੱਟੀ ਲੈਣ ਕੇ ਲੀਏ ਗਏ ਹੋਏ ਥੇ ਲੇਡੀਜ਼ ਔਰ ਬੱਚੇ, ਤੋ ਅਚਾਨਕ ਨੀਚੇ ਸੇ ਮਿੱਟੀ ਜ਼ਿਆਦਾ ਨਿਕਾਲ ਲਈ ਗਈ ਜਿਸਕੇ ਕਾਰਨ ਉਹ ਉੱਪਰ ਸੇ ਮਿੱਟੀ ਨੀਚੇ ਸਰ ਗਈ। ਗ੍ਰਾਮੀਣ ਕੀ ਮਦਦ ਸੇ ਬਾਕੀਓਂ ਕੋ ਨਿਕਾਲਾ ਗਿਆ? ਹਾਂ, ਗ੍ਰਾਮੀਣ ਨੇ ਬੁਲਾਇਆ ਵਾਂ ਤੇ, ਕਿਉਂਕਿ ਪੁਲਿਸ ਕੋ ਜਦ ਤੱਕ ਇਨਫੋਰਮੇਸ਼ਨ ਆਈ ਤਬ ਤੱਕ ਤੋ ਆਪਣਾ ਗ੍ਰਾਮੀਣ ਨਿਕਾਲ ਲਿਆ, ਤਾਂ ਫਿਰ ਮਾਈ ਪੁਲਿਸ ਹੋ ਕੇ ਪਹੁੰਚੀ ਔਰ ਉਹ ਪ੍ਰੋਪਰ ਜੋ ਜੋ ਹਮਾਰੇ ਲਾਇਕ ਥੇ ਸਾਰੇ ਕੰਮ ਉਹਨੇ ਕਰਵਾਏ, ਉਹ ਹਸਪੀਟਲ ਪਹੁੰਚਾਇਆ। ਬਾਕੀ ਅੱਗੇ ਜੋ ਰੈਫਰ, ਤੋ ਇਸਮੇ ਬੱਚੇ ਬੱਚੇ ਕਿਤਨੇ ਹੈ ਸਰ? ਇਸਮੇ ਬੱਚੇ 2 ਬੱਚੇ ਹੈ। ਸਰ ਕਿਸ ਟਾਈਮ ਹੋਇਆ ਪੂਰਾ?